ਜਿੱਥੇ ਆਪਣੀ ਮੰਗਾਂ ਨੂੰ ਲੈ ਕੇ ਅਧਿਆਪਕਾਂ ਨੇ ਮੋਰਚਾ ਖੋਲਿਆ ਹੋਇਆ। ਉੱਥੇ ਫਿਰੋਜ਼ਪੁਰ 'ਚ ਦੇਰ ਸ਼ਾਮ 5178 ਅਧਿਆਪਕ ਯੂਨੀਅਨ ਨੇ ਪੱਕਾ ਅਤੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਮਸ਼ਾਲ ਮਾਰਚ ਕੱਢਿਆ। ਉੱਥੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਨੂੰ ਪੱਕਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ। ਸਰਕਾਰ ਦਾ ਟੈਟ ਦਾ ਜਿਹੜਾ ਟੈਸਟ ਆ ਉਹ ਦੇ ਕੇ ਅਸੀਂ ਕਲੀਅਰ ਕਰਕੇ 2014 ਦੇ ਵਿੱਚ ਇਹ ਇੱਥੇ ਭਰਤੀ ਹੋਏ ਸੀ ਔਰ ਸਾਡੀਆਂ ਲਿਖੀਆਂ ਹੋਈਆਂ ਸ਼ਰਤਾਂ ਦੇ ਮੁਤਾਬਕ ਸਾਨੂੰ 3 ਸਾਲ ਬਾਅਦ ਨਵੰਬਰ 2017 ਦੇ ਵਿੱਚ ਰੈਗੂਲਰ ਕੀਤਾ ਜਾਣਾ ਸੀ, ਪਰ 2017-20 ਜਾਣ ਤੋਂ ਬਾਅਦ ਸਾਡੀ ਜਿਹੜੀਆਂ ਫਾਈਲਾਂ ਮੰਗਵਾ ਕੇ ਰੱਖ ਲਈਆਂ ਗਈਆਂ, ਪਰ ਉਸ ਤੋਂ ਵੱਧ ਸਾਲ ਜਿਹੜਾ ਹੋਰ ਬੀਤ ਚੁੱਕਾ, 4 ਸਾਲ ਹੋ ਚੁੱਕੇ ਆ, ਸਾਨੂੰ ਹਾਲੇ ਤੱਕ ਜਿਹੜਾ ਰੈਗੂਲਰ ਨਹੀਂ ਕੀਤਾ ਗਿਆ। ਨਵੰਬਰ 2017 ਦੇ ਵਿੱਚ ਉਹਨਾਂ ਸਾਨੂੰ ਰੈਗੂਲਰ ਕਰਨਾ ਸੀ, ਪਰ ਉਹ ਆਦੇ ਬਾਅਦ ਮੁੱਕਰ ਰਹੀ ਹੈ। ਅਸੀਂ ਬਹੁਤ ਹੀ ਬੇਵਸ ਹੋ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਾਂ, ਕਿਉਂਕਿ ਸਾਡੀ ਸਰ ਰੋਜ਼ੀ ਰੋਟੀ ਦਾ ਸਵਾਲ ਹੈ। ਫਿਰੋਜ਼ਪੁਰ ਤੋਂ ਰਤਨ ਲਾਲ ਦੀ ਰਿਪੋਰਟ, ਚੈਨਲ 2।